ਭਾਈ ਸਾਹਿਬ ਮੈਨੂੰ ਰਵਾਉਣਾ ਤੁਸੀਂ ਦੁਬਾਰੇ ਪਲੀਜ਼, ਇਹ ਕੁਐਸਚਨ ਨਾ ਪੁੱਛੋ, ਇਹ ਕੁਐਸਚਨ ਮੈਂ ਬਹੁਤ ਔਖਾ ਨਿਕਲਿਆ ਜੀ ਇਹਦੇ ਵਿੱਚ, ਹੁਣ ਨਾ ਪੁੱਛੋ ਪਲੀਜ਼, ਇਹ ਹੱਥ ਬੰਨ ਕੇ ਬੇਨਤੀ। ਤਾਂ ਅਕਾਲੀ ਦਲ ਦਾ ਪੱਲਾ ਛੱਡ, ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਨੇ ਗਿੱਦੜਵਾਰ ਤੋਂ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ। ਤਾਂ ਉਹਨਾਂ ਨੇ ਅੱਜ ਅਕਾਲੀ ਦਲ ਨੂੰ ਪੂਰਨ ਤੌਰ 'ਤੇ ਅਲਵਿਦਾ ਕਹਿ ਦਿੱਤੀ ਆ। ਆਪਣੇ ਕਰੀਬ 10,000 ਸਾਥੀਆਂ ਦੇ ਨਾਲ ਅੱਜ ਜੇ ਕਹਿ ਦਈਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਆ। ਵਰਕਰਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਮਿਲਦੇ ਹੋਏ, ਅਤੇ ਅੱਜ ਜੋ ਭਾਰੀ ਇਕੱਠ ਗਿੱਦੜਵਾ ਦੇ ਵਿੱਚ ਰੱਖਿਆ ਗਿਆ ਸੀ ਤਾਂ ਵੇਖਣਯੋਗ ਸੀ। ਮੁੱਖ ਮੰਤਰੀ ਭਗਵੰਤ ਮਾਨ ਖੁਦ ਪਾਰਟੀ ਜੁਆਇਨ ਕਰਵਾ ਕੇ ਗਏ ਨੇ, ਉਹਨਾਂ ਦੇ ਸਾਥੀ ਅੱਜ ਨਾਲ ਇਸ ਵੱਡੇ ਵੱਡੀਆਂ ਉਮੀਦਾਂ ਨੇ। ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਕਿਵੇਂ ਲੱਗ ਰਿਹਾ, ਕੀ ਕਹਿਣਾ ਚਾਹੁੰਦੇ? ਨਾ ਨਾ ਨਾ, ਭਾਰ ਨਾ ਚੜਾਓ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਇੰਨੇ ਹੀ ਬਹੁਤ ਹੈ ਸਰ। ਬੜਾ ਅੱਛਾ ਲੱਗ ਰਿਹਾ, ਮਾਨ ਸਾਹਿਬ ਨੇ ਬੜਾ ਭਰੋਸਾ ਦਿੱਤਾ, ਔਰ ਮੇਰੀ ਦਿਲੀ ਇੱਛਾ ਇਹ ਆ, ਕਿਉਂਕਿ ਮੈਂ ਇਸ ਹਲਕੇ ਦੇ ਵਿੱਚ ਬੜੀ ਬਰੀਕੀ ਨਾਲ ਵਿਚਰਦਾ ਜੀ, ਪਿੰਡਾਂ 'ਚ, ਸ਼ਹਿਰ 'ਚ, ਔਰ ਮੇਰੀ ਦਿਲੀ ਇਹ ਇੱਛਾ ਸੀ ਕਿ ਜਿਹੜੇ ਲੋਕਾਂ ਦੇ ਕੰਮ ਪੈਂਡਿੰਗ ਪਏ ਆ, ਅਗਰ ਕੋਈ ਪਾਵਰ ਆਵੇ ਤਾਂ ਮੈਂ ਉਹ ਸਾਰੇ ਕਰਾ ਸਕਾਂ, ਔਰ ਬੜਾ ਕਰਜ਼ ਆ ਇਹਨਾਂ ਲੋਕਾਂ ਦਾ ਮੇਰੇ ਸਿਰ 'ਤੇ। ਦੋ ਵਾਰੀ ਥੋੜ੍ਹੀ ਵੋਟ ਨਾਲ ਮੈਂ ਰਹਿ ਗਿਆ, ਬਟ ਐਕਤੀ ਉਮੀਦ ਆ ਜੀ ਕਿ ਮੈਂ ਇਹਨਾਂ ਦੇ ਕੰਮ ਸਾਰੇ ਕਰਾ ਸਕਾਂ, ਅਤੇ ਇਹਨਾਂ ਦਾ ਕਰਜ਼ ਇਹਨਾਂ ਨੇ ਜਿਹੜਾ ਮੇਰੇ ਸਿਰ 'ਤੇ ਚੜਾਇਆ ਉਹਨੂੰ ਉਤਾਰ ਸਕਾਂ। ਬਿਲਕੁਲ, ਅੱਜ ਮੁੱਖ ਮੰਤਰੀ ਭਗਵੰਤ ਮਾਨ ਖੁਦ ਤੁਹਾਨੂੰ ਪਾਰਟੀ ਜੁਆਇਨ ਕਰਾ ਕੇ ਗਏ ਆ, ਅਤੇ ਵੱਡੀਆਂ ਵੀ ਆਪਦੇ ਮੈਸੇਜ ਦੇ ਵਿੱਚ ਸੁਨੇਹਾ ਦੇ ਕੇ ਗਏ ਕਿ ਵੱਡੀਆਂ ਜ਼ਿੰਮੇਵਾਰੀਆਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮਿਲ ਸਕਦੀਆਂ, ਕੀ ਕਹਿੰਦੇ? ਇਹ ਹੁਣ ਉਹਨਾਂ ਨੇ ਫੈਸਲਾ ਕਰਨਾ ਜੀ, ਮੇਰੇ ਕੋਲ ਤਾਂ ਜਿਹੜੀ ਪੂੰਜੀ ਸੀ, ਜਿਹੜੀ ਮੇਰੀ ਕਮਾਈ ਸੀ, ਮੈਂ ਤਾਂ ਸਾਰੀ ਉਹਨਾਂ ਨੂੰ ਦੇਤੀ ਅੱਜ। ਹੁਣ ਉਹਨਾਂ ਨੇ ਕੀ ਜ਼ਿੰਮੇਦਾਰੀ ਮੈਨੂੰ ਦੇਣੀ ਆ, ਇਹ ਉਹਨਾਂ ਦਾ ਫੈਸਲਾ ਜੀ। ਜਿਹੜਾ ਦੇਣਗੇ ਸਿਰ ਮੱਥੇ ਤਨਦੇਹੀ ਨਾਲ, ਇਮਾਨਦਾਰੀ ਨਾਲ, ਪੂਰਾ ਨਿਭਾਊਂਗਾ ਜੀ। ਲੰਮਾ ਸਮਾਂ ਅਕਾਲੀ ਦਲ ਦੇ ਵਿੱਚ ਰਹੇ ਹੋ, ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਤੁਹਾਡੀ ਪੂਰੀ ਸੁਣਵਾਈ ਸੀ, ਲੱਗਦਾ ਹੁਣ ਇਸ ਮਾਨ ਸਾਹਿਬ ਸਰਕਾਰ ਦੇ ਵਿੱਚ ਤੁਹਾਡਾ ਰਿਸ਼ਤਾ ਗੂੜਾ ਬਣੂਗਾ? ਦੇਖੋ ਜੀ, ਮਾਨ ਸਾਹਿਬ ਨਾਲ ਮੇਰਾ ਬੜਾ ਪੁਰਾਣਾ ਰਿਸ਼ਤਾ ਸੀ, ਠੀਕ ਆ ਵੀ ਉਹ ਅੱਜ CM ਬਣ ਗਏ ਸੀ, ਪਰ ਇੱਕ ਦਿਲਾਂ ਦੀ ਸਾਂਝ ਸਾਡੀ ਸੀਗੀ ਪੁਰਾਣੀ, ਅਤੇ ਬੜੀ ਵੱਡੀ ਉਮੀਦ ਹੈ ਜੀ। ਮੈਂ ਤਾਂ ਪਹਿਲਾਂ ਵੀ ਬੜਾ ਵਰਤਿਆ ਇਹਨਾਂ ਨਾਲ ਕਿ ਜਿਹੜੀਆਂ ਗੱਲਾਂ ਮਾਨ ਸਾਹਿਬ ਕਹਿ ਕੇ ਗਏ ਆ ਅਤੇ ਉਹ ਪੂਰੀਆਂ ਕਰਨਗੇ ਜੀ, 100% ਕਰਨਗੇ ਜੀ। ਅਕਾਲੀ ਦਲ ਦਾ ਸਾਹ ਛੱਡਣਾ ਕਿੰਨਾ ਔਖਾ ਲੱਗ ਰਿਹਾ? ਕਹਿੰਦੇ ਲੰਮਾ ਸਮਾਂ ਇੱਕ ਪਾਰਟੀ ਨੂੰ ਸੇਵਾ ਕੀਤੀ ਹੋਵੇ ਨਾ, ਅਤੇ ਉੱਥੋਂ ਨਿਕਲਣਾ ਬਹੁਤ ਔਖਾ, ਭਾਵੁਕ ਹੋ ਜਾਂਦਾ ਮਨ। ਭਾਈ ਸਾਹਿਬ ਮੈਨੂੰ ਰਵਾਉਣਾ ਤੁਸੀਂ ਦੁਬਾਰੇ ਪਲੀਜ਼, ਇਹ ਕੁਐਸਚਨ ਨਾ ਪੁੱਛੋ, ਇਹ ਕੁਐਸਚਨ ਮੈਂ ਬਹੁਤ ਔਖਾ ਨਿਕਲਿਆ ਜੀ ਇਹਦੇ ਵਿੱਚੋਂ, ਹੁਣ ਨਾ ਪੁੱਛੋ ਪਲੀਜ਼, ਇਹ ਹੱਥ ਬੰਨ ਕੇ ਬੇਨਤੀ ਹੈ। ਉਮੀਦ ਹੈ ਪਾਰਟੀ ਵੱਲੋਂ ਹੁਣ ਜਿਹੜੀ ਨਵੀਂ ਜੁਆਇਨ ਕੀਤੀ ਹੈ, ਜਿਹੜੀ ਜ਼ਿੰਮੇਵਾਰੀ ਮਿਲੇਗੀ, ਜਿਮਨੀ ਚੋਣਾਂ ਆ ਰਹੀਆਂ, ਜੇ ਟਿਕਟ ਮਿਲਦੀ ਹੈ ਤਾਂ ਜਿੱਤ ਕੇ ਉਹਨਾਂ ਦੀ ਚੋਲੀ ਜਾਊ? ਹੁਣ ਜੀ ਮੈਂ ਆਮ ਆਦਮੀ ਦੀ, ਮੈਨੂੰ ਟਿਕਟ ਮਿਲੂਗੀ ਆਮ ਆਦਮੀ 'ਚੋਂ, ਮੈਂ ਜਿੱਤੂੰਗਾ, ਅਤੇ ਇਹ ਬਟ ਨੈਚੁਰਲ ਆ ਜੀ, ਟਿਕਟ ਉਹਨਾਂ ਦੀ ਝੋਲੀ ਜਾਊਗੀ, ਹੋਰ ਮੈਂ ਅਕਾਲੀ ਦਲ ਦੀ ਤਾਂ ਪਾਉਣੋ ਰਿਹਾ ਜੀ ਹੁਣ, ਇਹ ਅੰਡਰਸਟੂਡ ਹੀ ਆ ਗੱਲਾਂ ਜੀ, ਇਹ ਪੁੱਛਣ ਵਾਲੀ ਥੋੜ੍ਹੀ ਆ। ਸੋ ਇਹ ਸਨ ਹਰਦੀਪ ਸਿੰਘ ਢਿੱਲੋਂ, ਅਤੇ ਉਹਨਾਂ ਦਾ ਕਹਿਣਾ ਕਿ ਜਿਹੜੀ ਵੀ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਉਹਨਾਂ ਨੂੰ ਦਿੱਤੀ ਜਾਵੇਗੀ, ਉਹ ਚਾਹੇ ਜਿਮਨੀ ਚੋਣਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਚਾਹੇ ਟਿਕਟ ਦੀ ਜ਼ਿੰਮੇਵਾਰੀ ਹੋਵੇ, ਉਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ। ਗਿੱਦੜਵਾ ਤੋਂ ਇਸ਼ਫਾਕ ਟੁੱਡੀ, ਪੰਜਾਬ ਤੱਕ।